ਦੇਖੋ ਬੇਟਰ ਲੋਕਾਂ ਦਾ ਜਿਹੜਾ ਜ਼ਿੰਦਗੀ ਦਾ ਗੁਜ਼ਰ ਬਸਰ ਹੁੰਦੇ ਨਾ ਉਹ ਇਹਨਾਂ ਮਾਲ ਦੇ ਵਿੱਚ ਹੀ ਹੁੰਦੇ। ਇਹ ਦੇਖੋ ਇਹ ਮੰਜੀ ਥਾਂਜਾ ਪੈਣ ਮਜ਼ੇ ਕੀਤੀ ਪੈਣ ਮੰਜੀ ਮਾਸ਼ਾ ਅੱਲਾ ਚਸਾ ਚਾਤੀ ਅਸਲਾਮ ਵਾਲੇਕੁਮ, ਕਿਆ ਹਾਲ ਹੈ ਮਾਰਕਾ? ਠੀਕ ਹੋ? ਅਖਰ ਕੀ ਸਿਹਤ ਵੀ ਆ? ਠੀਕ ਹੈ, ਮੈਂ ਉਮੀਦ ਕਰਾਂਗਾ ਕਿ ਤੁਸੀਂ ਅੱਲਾਹ ਦੇ ਫਜ਼ਲ ਉਹ ਕਰਮ ਨਾਲ ਬਿਲਕੁਲ ਠੀਕ ਹੋ ਸੋ। ਮੈਂ ਹਾਂ ਗੁਲਾਮ ਮੁਸ਼ਤਬਾ ਔਰ ਤੁਸੀਂ ਸਾਰੇ ਦੇ ਯੂਟਿਊਬ ਚੈਨਲ ਮੁਸ਼ਤਬਾ ਵਿਲਾਗ। ਅੱਛਾ ਯਾਰ, ਇਵੇਂ ਹੈ ਕਿ ਮੈਂ ਅੱਜ ਵਹਿਣਾ ਆਏ ਸਿੰਧ ਅਤੇ ਉਹਦਾ ਪੱਤਣ ਅਤੇ ਵਹਿਣਾ ਅਤੇ ਸਵਾਰੀਆਂ ਚਾਵੜੀਆਂ ਮੇਰੇ ਕਿ ਮੋਟਰਸਾਈਕਲ ਕਹਿ ਨਹੀਂ ਅਤੇ ਹੁਣ ਮੇਰੇ ਪੈਦਲ ਤੁਰਦਾ ਵੈਂਦਾ ਕੋਈ ਸੰਗਤੀ ਕਿ ਮੋਟਰਸਾਈਕਲ ਮੰਗਦਾ ਦੁਕਾਨ ਤੋਂ ਮੋਟਰਸਾਈਕਲ ਮੰਗ ਕੇ ਬੁਲਾ ਵੈਂਦਾ ਪੱਤਣ 'ਤੇ। ਮੇਰਾ ਜਿਹੜਾ ਆਪਣਾ ਮੋਟਰਸਾਈਕਲ ਉਹ ਵਿਰਾਹ 'ਚ ਆ ਗਿਆ ਰੇਤੜੇ, ਉਹਦਾ ਕੋਈ ਕੰਮ ਆਈ ਅਤੇ ਹੁਣ ਵਹਿੰਦਾ ਪਿੰਡ ਕੱਪੜੇ ਚੌਂਕ 'ਤੇ ਅਕਾਦਮੀ ਚੌਂਕ 'ਤੇ ਉੱਥੇ ਵਾਂਗ ਕੇ ਸੰਗਤੀ ਦਾ ਮੋਟਰਸਾਈਕਲ ਚਲਾਉਣ ਦੇ ਬਾਅਦ ਵਹਿੰਦਾ ਪੱਤਣ 'ਤੇ ਚੌਂਕ ਵੱਜ। ਮੈਂ ਸਾਰਾ ਇਨਸ਼ਾ ਅੱਲਾ ਬੇੜ ਦਾ ਵਿਊ ਦੇਖਿਆ ਸਾਂ, ਸਾਰਾ ਸੀਨ ਦੇਖਿਆ ਸਾਂ, ਦਰਿਆ ਸੀਨ ਦਾ ਵੀ ਸੀਨ ਦੇਖਿਆ ਸਾਂ ਅਤੇ ਵਿਆਹ ਸੰਗਤੀ ਖੜ੍ਹੇ ਹੋ ਕੇ ਮਿਲਦੇ ਹੈ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜਨਾਬ, ਕੀ ਹਾਲ ਹੈ? ਠੀਕ ਹੋ? ਕੀ ਹਾਲ ਹੈ? ਪੈਦਲ ਵਧੇ ਹੋ? ਪੈਦਲ ਬਸ ਮੋਟਰਸਾਈਕਲ ਆ ਵੀ ਵਿਰਾਹ 'ਚ ਆ ਗਿਆ ਰੇਤੜੇ। ਅੱਛਾ, ਅਤੇ ਮੈਂ ਵਤੋਂ ਹੁਣ ਵਹਿੰਦਾ ਪਿਆ ਪੱਤਣ 'ਤੇ ਦੁਆਖਰੀ ਕੇ ਮੋਟਰਸਾਈਕਲ 'ਚ ਨਾ ਚਲੋ ਅਤੇ ਪੱਤਣ 'ਤੇ ਵੰਗੇ ਸਵਾਰੀਆਂ ਚਾਵੜੀਆਂ। ਬਾਕੀ ਤੂੰ ਸੁਣਾ? ਠੀਕ ਹੈ, ਸਿਹਤ ਵੀ ਠੀਕ ਹੈ? ਬਿਲਕੁਲ ਅਮਾ ਨੇ ਤੂੰ ਸੁਣਾ? ਠੀਕ, ਚੰਗਾ ਟਾਈਮ ਪਾਸ ਕਰਾਂ ਪਏ? ਭੈਣ ਤੇ ਦੁਆ ਨਾਲ। ਕਿੱਥੋਂ ਗੁਜ਼ਰਾਂਦਾ ਪਿਆ ਅੱਜ ਕੱਲ੍ਹ? ਅਤੇ ਰੇਤੜੇ ਹੈ? ਰੇਤੜੇ ਰੇਤੜੇ? ਅੱਛਾ, ਰੇਤੜੇ ਕਿਹੜੀ ਜਾਤ ਹੈ? ਰੇਤੜੇ ਦਰਬਾਰੇ ਨੇ ਕੋਲ ਫਾਰਮ 'ਤੇ। ਫਾਰਮ 'ਤੇ? ਅੱਛਾ, ਚਲੋ ਮਾਸ਼ਾ ਅੱਲਾ। ਖੀਰ ਸ਼ੀਰ ਦਿੰਦੇ ਹੈ ਨਾਮ? ਮੈਂ ਤਾਂ ਨਹੀਂ ਲੱਗਦਾ ਤੇ ਕੋਈ ਖੀਰ ਪੀ ਲੈਣਾ, ਖੀਰ ਪੀ ਲੈਣਾ ਤੂੰ ਮੋਟਾ ਤੀਆ ਪੀ ਆਵੇ। ਹਾਂ, ਇਹ ਤੇਰੀ ਗੱਲ ਸਹੀ ਹੈ, ਖੁਆਰੀ ਕੁੱਟਿਆ ਨੇ। ਬਾਕੀ ਇਹ ਖਰੀਆ ਘਰ ਬਾਰ ਸਾਰੇ ਠੀਕ ਹਨ? ਬਿਲਕੁਲ ਅਮਾ ਨੇ ਕਰ ਲਵਾਂ ਘਰ ਤੇ ਅਗਰ ਠੀਕ ਬਾਤ ਵਜਾਵੇ ਨਾਮ। ਅੱਛਾ, ਹਾਂ ਦੁਪਹਿਰਾ ਟਾਈਮ ਮਾਲ ਚੱਲਦਾ, ਟਾਈਮ ਹੁੰਦਾ ਕਰੀ ਸ਼ਾਮ ਦੇ ਤੇ ਫਜਰ ਦੀ ਵਾਂਗ ਕਰਨ ਨੇ ਕੋਈ ਪੇਸ਼ੇ ਨੂੰ ਟੁਕੇ ਨੇ ਸਟੇ ਨੇ ਵਾ ਤਾਂ ਹੁਣ ਬਸ ਟਾਈਮ ਝਗੜਾ ਨਹੀਂ ਕਰਦੇ। ਅੱਛਾ ਚਲੋ, ਮਾਸ਼ਾ ਅੱਲਾ। ਗਈ ਹਨ ਮੰਜੀ? ਹਨ ਗਈ ਹਨ ਮੰਜੀ? ਮੰਜੀ ਰੱਖੀ ਪਾਏ? ਅੱਛਾ ਚਲੋ, ਮਾਸ਼ਾ ਅੱਲਾ। ਠੀਕ ਹੈ, ਤੁਸੀਂ ਚੱਕਰ ਲਓ, ਪਤਾ ਲਵੇਂਦੇ ਹੈ। ਠੀਕ ਹੈ ਮਾਰਕਾ, ਮੈਂ ਦੁੱਲਦਾ ਸੰਗਤੀ ਕੇ ਮੋਟਰਸਾਈਕਲ 'ਚ ਕਹਿੰਦਾ ਮੋਟਰਸਾਈਕਲ 'ਚ ਕਹਿੰਦੇ ਹੈ ਦੇਖੇ ਇਹ ਵਾਲਿਆਂ 'ਚ ਮਸਰੂਫ ਇਹਨਾਂ ਮੋਟਰਸਾਈਕਲ ਲੈ ਕੇ ਖੜੇ ਤੀਆ ਅਤੇ ਮੈਂ ਵਾਲਾ ਵੈਣਾ ਹੁਣ ਪੱਤਣ 'ਤੇ ਮਿਲਦੇ ਹਾਂ ਬੇਟੀ 'ਚ ਵਾਲਾ। ਠੀਕ ਹੈ ਮਾਮਾ, ਹੈ ਠੀਕ ਹੈ। ਅੱਛਾ ਮਾਰਕਾ, ਦੇਖ ਯੂਨਿਟ ਤੋਂ ਪੈਟਰੋਲ ਪਵਾਉਂਦੇ ਹੈ ਵਾਲਾ ਦੁੱਲਦੇ ਹੈ ਸਫ਼ਰ ਕਰਦੇ ਹੈ ਬਸ ਤਾਂ ਇਹੋ ਕੁਝ ਆਉਣਾ ਹੈ। ਰਸਤੇ ਪੈਟਰੋਲ ਪਵਾ, ਪੈਟਰੋਲ ਪਵਾਉਣ ਦੇ ਬਾਅਦ ਹੁਣ ਮੈਂ ਅੱਧਾ ਸਫ਼ਰ ਕੀ ਦੇਖਣਾ ਤੇ ਲੇਕਿਨ ਪਹਿਲੋ ਆਉਂਦੇ ਦਰਿਆ ਸਿੰਧ ਦੇ ਵਿੱਚ ਉਹਨਾਂ ਤਰੇ ਵਹੀਰੇ ਨਿਕਲਦੇ ਨੇ ਉਹ ਜਿਹੜੇ ਸਾਰੇ ਘਰ ਦੇ ਨਾਲ ਉਹ ਵਹੀਰੇ ਕ੍ਰਾਸ ਕਰਕੇ ਸਭ ਵਹਿਣਾ ਪਾਉਂਦੇ ਦਰਿਆਏ ਸਿੰਧ 'ਤੇ। ਦਰਿਆ ਸਿੰਧ 'ਤੇ ਅਸੀਂ ਤਾਂ ਪਹੁੰਚਦੇ ਪਹਿਲੋਂ ਅਸੀਂ ਤਰੇ ਵਹੀਰੇ ਕ੍ਰਾਸ ਕਰਨੇ ਹੈ ਤਾਂ ਹੁਣ ਮੈਂ ਇੱਕ ਵਹੀਰੇ 'ਤੇ ਆਇਆ ਖੜ੍ਹਾਂ ਜਿਹੜੇ ਇਹ ਵਹੀਰਾ ਦੇਖ ਉਹ ਬੰਦਾ ਮੋਟਰਸਾਈਕਲ ਦੇ ਗੁਜ਼ਾਰੀ ਵੈਂਦੇ ਅਤੇ ਮੈਂ ਕੋ ਵੀ ਇੱਥੋਂ ਮੋਟਰਸਾਈਕਲ ਗੁਜ਼ਾਰਨੇ ਅਤੇ ਬੰਦਾ ਦੇਖੋ ਵਹੀਰੇ ਹਨ ਲੇਕਿਨ ਉਹਨਾਂ ਵਹੀਰਿਆਂ ਦਾ ਪਾਣੀ ਜਿਹੜਾ ਨਾ ਹੁਣ ਕੰਮ ਥੀ ਚੁੱਕੇ ਪਹਿਲੋਂ ਕਸ਼ਤੀ ਖੜ੍ਹੀ ਰਹਿ ਗਈ ਜਦ ਤੱਕ ਇਹ ਵਹੀਰੇ ਵਾਹੁੰਦੇ ਰਹਿ ਗਏ ਲੇਕਿਨ ਉਹਨਾਂ ਦਾ ਪਾਣੀ ਹੁਣ ਕੰਮ ਥੀ ਚੁੱਕੇ ਅਤੇ ਕਸ਼ਤੀ ਚੱਲ ਨਹੀਂ ਸਕਦੀ ਲੇਕਿਨ ਮੋਟਰਸਾਈਕਲ ਦਰਿਆ ਦੇ ਵਿੱਚੋਂ ਹੀ ਗੁਜ਼ਾਰਨਾ ਆਉਂਦੇ ਪੈ ਦੇ ਕੇ ਬਾਈ ਸਾਹਿਬ ਵਹਿੰਦੇ ਪੈਣ ਤੁਹਾਨੂੰ ਮੈਂ ਇਹਨਾਂ ਦੇ ਸੀਨ ਦੇਖਿਆ ਨਾ ਇਹਦੇ ਦੇ ਵੇ ਇਹ ਵਹਿੰਦੇ ਪੈਣ ਬਾਈ ਸਾਹਿਬ ਇਹ ਮੋਟਰਸਾਈਕਲ ਪਾਣੀ ਦੇ ਵਿੱਚੋਂ ਗੁਜ਼ਾਰੀ ਪੈਣ ਅਤੇ ਮੈਂ ਵੀ ਇੱਥੋਂ ਮੋਟਰਸਾਈਕਲ ਗੁਜ਼ਾਰਨੇ ਪਾਣੀ ਦੇ ਵਿੱਚੋਂ ਇਹ ਦੇਖੋ।
ਅਤੇ ਬਾਈ ਸਾਹਿਬ ਹੋਣੀ ਵਹਿੰਦੇ ਪੈਣ ਅਤੇ ਮੈਂ ਵੀ ਪਾਣੀ ਦੇ ਵਿੱਚੋਂ ਹੀ ਮੋਟਰਸਾਈਕਲ ਗੁਜ਼ਾਰਨੇ ਉਦੋਂ ਉਦੋਂ ਗੱਡਾ ਰੇੜੀ ਆਉਂਦੀ ਪਈ ਅਮਰਕਾ ਅਤੇ ਗੱਡਾ ਰੇੜੀ ਵੀ ਇੱਥੋਂ ਗੁਜ਼ਰ ਕੇ ਹੀ ਆ ਸੀ ਅਤੇ ਮੇਰਾ ਮੋਟਰਸਾਈਕਲ ਢਹਿ ਚੁੱਕੇ ਕਿਉਂਕਿ ਰੇਤ ਰੇਤ ਦੋ ਤੇ ਕੜਾਹੀ ਵੀ ਐਡਿਟ ਹੋਵੇ ਇਹ ਮੋਟਰਸਾਈਕਲ ਮੇਰਾ ਢਹਿ ਚੁੱਕੇ ਕਿਉਂਕਿ ਸਾਰੀ ਰੇਤ ਜਿਹੜਾ ਨਾ ਸਿੰਨੀਏ ਮੋਟਰਸਾਈਕਲ ਡੱਟਾ ਗਿਆ ਮੋਟਰਸਾਈਕਲ ਕੋ ਮੈਂ ਚਾਹੁੰਦਾ ਤਾਂ ਇਦੋਂ ਦੇ ਕੇ ਗੱਡਾ ਰੇੜੀ ਪਾਣੀ ਦੇ ਵਿੱਚੋਂ ਇਹ ਵੀ ਗੁਜ਼ਰੀ ਆਉਂਦੀ ਹੈ ਅਤੇ ਮੈਂ ਵੀ ਇੱਥੋਂ ਮੋਟਰਸਾਈਕਲ ਨੂੰ ਗੁਜ਼ਰਨਾ ਮੋਟਰਸਾਈਕਲ ਦਾ ਪੈਟਰੋਲ ਗਲਬਨ ਮਿੱਟੀ ਦਾ ਪਿਓ ਸੀ ਅਤੇ ਮੋਟਰਸਾਈਕਲ ਇੱਕ ਮਰਿਆਂ ਦਾ ਵਾਲਾ ਮੈਂ ਜਿੱਥੋਂ ਮੋਟਰਸਾਈਕਲ ਗੁਜ਼ਰਿਆ ਉਹਦੇ ਬਾਅਦ ਵਾਲਾ ਮਿਲਦੇ ਆ ਪੱਟਣ 'ਤੇ ਇਹਦੇ ਕੋਲ ਇਹ ਬਾਈ ਸਾਹਿਬ ਗੁਜ਼ਾਰੀ ਆਉਂਦੇ ਮੈਂ ਨਹੀਂ ਪੱਟਣ ਦੇ ਹੁਣ ਮੈਂ ਤ੍ਰੀਜਾ ਦਰਿਆ ਕਰਾਸ ਕਰਾਂਦਾ ਪਿਆਂ ਇਹਦੇ ਵਿੱਚ ਵੀ ਪਾਣੀ ਹੈ ਅਤੇ ਮੋਟਰਸਾਈਕਲ ਵਿੱਚੋਂ ਜਗ੍ਹਾ ਹੋਣੀ ਠੀਕ ਇਹ ਬੰਦਾ ਮੋਟਰਸਾਈਕਲ ਜਗ੍ਹਾ ਪਿਆ ਰਹਿੰਦਾ ਇਹਦਾ ਮੋਟਰਸਾਈਕਲ ਬੰਦ ਥੀ ਮੈਂਦੇ ਪਲੱਗ ਦੇ ਵਿੱਚ ਪਾਣੀ ਵੜ ਮੈਂਦੇ ਸਮਾਨ ਚਾਤੀ ਵਧਾਰਾਂ ਦੇ ਇਹਦੇ ਪੈਵੇ ਤਾਂ ਅਗਲਾ ਬੰਦਾ ਹੀ ਜਗ੍ਹਾ ਗਿਆ ਉਹਦਾ ਮੋਟਰਸਾਈਕਲ ਵੀ ਬੰਦ ਠੀਕ ਹੈ ਅਤੇ ਮੈਂ ਵੀ ਜਗ੍ਹਾ ਹੋਣੀ ਮੈਂ ਵੀ ਜਗ੍ਹਾ ਦਾ ਤਾਂ ਦੁਆ ਕਰੂੰਗੀ ਖੈਰ ਖਰੀਅਤ ਨਾਲ ਪਹੁੰਚ ਵੰਜਾ ਮੇਰਾ ਮੋਟਰਸਾਈਕਲ ਨਾ ਬੰਦ ਥੀ ਵੇ ਅੱਛਾ ਯਾਰ ਮੈਂ ਦੋ ਵਹੀਰੇ ਕਰਾਸ ਕਰ ਆਇਆ ਲੇਕਿਨ ਹੁਣ ਤ੍ਰੀਜੇ ਵਹੀਰੇ ਤਾਂ ਆਇਆ ਖੜਾ ਤ੍ਰੀਜੇ ਵਹੀਰੇ ਦਾ ਵੀ ਤੁਹਾਨੂੰ ਮੈਂ ਸੀਨ ਦੇਖਿਆ ਨਾ ਡਿੱਠੇ ਵੇ ਪਹਿਲੇ ਨੰਬਰ ਤੁਸੀਂ ਮੰਜੀ ਦੇ ਕੇ ਲਓ ਮਾਸ਼ਾਅੱਲਾ ਯਾਰ ਇਹ ਦੇਖੋ ਮੰਜੀ ਮਜ਼ੇ ਕੀਤੀ ਪੈਣ ਮਜ਼ੇ ਯਾਰ ਪੁਰਸਕੂਨ ਜ਼ਿੰਦਗੀ ਗੁਜ਼ਰਿਆ ਪੈਣ ਦਰਿਆ ਦੇ ਵਿੱਚ ਪੈਨਤੀਆਂ ਤਾਜ਼ਾ ਪਾਣੀ ਧਾਂਜਾਂ ਪੈਣ ਮਜ਼ੇ ਕੀਤੀ ਪੈਣ ਇਹ ਦੇਖੋ ਮਾਸ਼ਾਅੱਲਾ ਦ੍ਰਿਸ਼ ਰਿਹਾ ਯਾਰ ਮੰਜੀ ਦੇਖੋ ਤੁਸੀਂ ਇਹ ਦੇਖੋ ਇਹ ਸਾਰੀਆਂ ਮੰਜੀ ਇਦੋ ਚਰਦਿਆ ਰਹਿ ਗਏ ਇਦੋ ਦੇਖ ਸਾਰੀ ਜੂਹ ਆਈ ਇਹਦੇ ਦੇਖ ਪੈਵੇ ਇਹ ਵੀ ਆ ਮਾਲ ਚੜਦਾ ਖੜੇ ਗਈ ਵੀ ਹੀਨ ਇਹ ਦੇਖੋ ਇਹ ਸਾਰਾ ਮਾਲ ਚੜਦਾ ਖੜੇ ਤੋਂ ਮੈਂ ਜ਼ੂਮ ਕਰਕੇ ਦਿਖਾਵਾਂ ਇਹ ਦੇਖੋ ਇਹਦੇ ਦੇ ਪੈਵੇ ਮਾਲਕਾ ਇਹ ਸਾਰਾ ਮਾਲ ਦੇਖੋ ਉਦੋਂ ਦੇਖੋ ਕੁਝ ਮਾਲ ਛਾਂ 'ਤੇ ਖੜੇ ਤੀਆਂ ਗਈ ਵੀ ਹੀਨ ਅਤੇ ਨਾਲ ਭੇਡਾਂ ਵੀ ਖੜੀਆਂ ਤੀਆਂ ਅਤੇ ਇਦੋਂ ਦੇਖੋ ਮੰਜੀ ਜਿਹੜਾ ਹੈ ਨਾ ਧਾਂਜਾਂ ਪੈਣ ਮਜ਼ੇ ਕਰਾਂਜਾਂ ਪੈਣ ਇਹਦੇ ਦੇ ਪੈਵੇ ਮਾਸ਼ਾਅੱਲਾ ਯਾਰ ਸੀਨ ਤੁਸੀਂ ਚੈੱਕ ਕਰੋ ਸੀਨ ਬਿਹਤਰੀਨ ਕਮਾਲ ਦਾ ਸੀਨ ਹੈ ਯਾਰ ਅੱਛਾ ਯਾਰ ਨਾ ਜਿਹੜੇ ਬੇਟਾ ਲੋਕਾਂ ਦੀ ਜ਼ਿੰਦਗੀ ਆਉਂਦੀ ਹੈ ਨਾ ਬੜੀ ਕਮਾਲ ਦੀ ਜ਼ਿੰਦਗੀ ਆਉਂਦੀ ਬਈ ਯਾਰ ਬੜੀ ਕਮਾਲ ਦੀ ਜ਼ਿੰਦਗੀ ਆਉਂਦੀ ਔਰ ਪੁਰਸਕੂਨ ਜ਼ਿੰਦਗੀ ਆਉਂਦੀ ਹੈ ਬੇਟਾ ਲੋਕਾਂ ਦੀ ਜ਼ਿੰਦਗੀ ਇਹ ਦੇਖੋ ਬੇਟਾ ਲੋਕਾਂ ਦਾ ਜਿਹੜਾ ਜ਼ਿੰਦਗੀ ਦਾ ਗੁਜ਼ਰ ਬਸਰ ਆਉਂਦੇ ਨਾ ਉਹ ਇਹਨਾਂ ਮਾਲ ਦੇ ਵਿੱਚ ਹੀ ਆਉਂਦੇ ਇਹ ਦੇਖੋ ਇਹ ਮੰਜੀ ਥਾਂਜਾ ਪੈਣ ਮਜ਼ੇ ਕੀਤੀ ਪੈਣ ਮੰਜੀ ਮਾਸ਼ਾਅੱਲਾ ਚੱਸਾਂ ਚਾਤੀ ਪੈਣ ਚੱਸਾਂ ਇਹ ਦੇਖੋ ਯਾਰ ਕਮਾਲ ਦਾ ਮਾਹੌਲ ਹੈ ਕਮਾਲ ਦਾ ਯਾਰ ਕਮਾਲ ਦਾ ਇਹ ਦੇਖੋ ਯਾਰ ਅੱਛਾ ਮੈਂ ਹੁਣ ਮੋਟਰਸਾਈਕਲ ਜਗ੍ਹਾ ਦਾ ਕਿਉਂਕਿ ਮੰਜੀ ਵਹਾਂ ਪੈਣ ਮੰਜੀ ਮੁੜੇ ਮੋਟਰਸਾਈਕਲ ਕੋ ਟੱਕਰ ਨਾ ਮਾਰੇ ਚ ਮੋਟਰਸਾਈਕਲ ਮੈਂ ਜਿਵੇਂ ਖੜਾ ਆ ਤਾਂ ਮੰਜੀ ਦੇ ਕੋ ਉੱਚਾ ਵਹਾਂ ਇਹਦੇ ਪੈਵੇ ਮੈਂ ਤਾਂ ਮੇਰੇ ਡਰ ਕੇ ਉੱਚਾ ਵਜਣ ਮੈਂ ਕਾਲਾ ਸੂਟ ਪਾਤੀ ਵਧਾਂ ਅਤੇ ਮੋਬਾਈਲ ਹੀ ਚਾਤੀ ਵਧਾ ਪਤੇ ਮੰਜੇ ਜਾਨਵਰ ਬੜੇ ਸਿਆਣੇ ਹੁੰਦੇ ਅਤੇ ਉਹ ਇਹ ਨਾ ਕਿਨ ਕੇ ਮੋਲੀ ਸਾਹਿਬ ਪਤੇ ਕਿਆ ਕਰਨਾ ਵਧੇ ਕਾਲਾ ਸੂਟ ਵੈਸੇ ਮੰਝ ਜਾਣਾ ਨਾ ਕਾਲੇ ਸੂਟ ਕੇ ਜ਼ਰਾ ਡਰਦੀ ਵੀ ਹੈ ਤਾਂ ਮੈਂ ਜ਼ਰਾ ਸੂਟ ਵੀ ਕਾਲਾ ਪਾਤੀ ਵਧਾਂ ਅਤੇ ਮੰਜੀ ਦੇ ਕੋ ਉੱਚਾ ਵਜਣ ਥਾਂ ਕੇ ਹੁਣ ਭਲਾ ਇਹ ਥਾਂਜਨ ਥਾਂ ਕੇ ਭਲਾ ਚਰਨ ਵੱਧ ਜਲੇ ਤਰੇ ਲੱਗੀ ਵੱਧ ਜਲੇ ਨਾ ਗਰਮੀ ਲੱਗੀ ਵਾਤੀ ਤੀ ਪਾਣੀ ਚਾਵੇ ਸਨ ਦਰਿਆ ਚਾਵੇ ਸਨ ਵਾਤੀ ਤਾਂ ਦਾਸਨ ਮਜ਼ੇ ਕਰੇ ਸਨ ਇਹ ਦੇਖੋ ਹੀ ਆਉਂਦੀ ਪਈ ਅਮਨ 'ਚ ਅਤੇ ਹੁਣ ਮੈਂ ਡੁੱਲਦਾ ਓਏ ਬਾਈ ਮੋਟਰਸਾਈਕਲ ਕੋ ਨਾ ਮਾਰੀ ਡਰ ਲੱਗਦੇ ਬਾਬਾ ਮੋਟਰਸਾਈਕਲ ਹੀ ਖੜੇ ਤੀ ਆ ਤਾਂ ਹੁਣ ਮੈਂ ਵਾਲਾ ਆਪਣਾ ਸਫ਼ਰ ਸ਼ੁਰੂ ਕਰਿਆ ਦਰਿਆ ਸਿੰਘ ਅਤੇ ਡੁੱਲਦਿਆ ਪੱਤਰ ਦੇ ਡੁੱਲ ਕੇ ਵਾਲਾ ਮਿਲਦੇ ਆਏ ਅਲਹਮਦੁਲਿਲਾ ਮੈਂ ਦਰਿਆ ਸਿੰਘ 'ਤੇ ਪਹੁੰਚ ਚੁੱਕਾ ਇਹਦੇ 'ਤੇ ਪਏ ਉਸ ਨਾਲ ਦਰਿਆ ਵਾਂਦਾ ਪਏ ਇਹੀ ਵੇ ਦਰਿਆ ਸਿੰਧ ਤਾਂ ਇੱਕੋ ਅਸਾਂ ਸਦੇ ਆਏ ਪੱਤਣ ਇਹਦੇ ਕੋਈ ਬੇੜੀਆਂ ਛੇੜੀਆਂ ਖੜੀਆਂ ਤੀਆਂ ਤੋਂ ਮੈਂ ਜ਼ੂਮ ਕਰਕੇ ਦਿਖਾਵਾਂ ਬੇੜੀ ਇਹਦੇ ਪਏ ਇਹ ਬੇੜੀ ਖੜੀ ਹੈ ਤਈ ਅਤੇ ਇਹ ਆਵਾਮ ਇਕੱਠੀ ਥਈ ਖੜੀ ਹੈ ਇਹ ਸਵਾਰੀਆਂ ਇਦੋਂ ਦੇ ਕੇ ਬੇੜੀ ਵਾਲੇ ਆਪਣੇ ਖੋਖਾ ਸ਼ੋਖਾ ਲਈ ਪੈਣ ਚਾਹ ਸ਼ਾਹ ਬਣੀ ਪੈਰਾਂ ਦਿਨ ਅਤੇ ਆਪਣਾ ਠਿਕਾਣਾ ਵੀ ਇੱਥੇ ਹੀ ਕੀਤੀ ਪੈਰਾਂ ਦਿਨ ਇਹਦੇ 'ਤੇ ਪਏ ਬੇੜੀ ਇੱਥੇ ਖੜੀ ਹੈ ਲੇਕਿਨ ਜਿਲੇ ਸਵਾਰੀਆਂ ਇਕੱਠੀਆਂ ਥੀ ਸਨ ਜਿਲੇ ਪੂਰਾ ਥੀ ਸੀ ਇੱਕ ਬੇੜੀ ਦੇ ਵਿੱਚ ਗਲਬਨ 20 ਤੋਂ 25 ਮੋਟਰਸਾਈਕਲ ਆ ਵੈਂਦੇ
ਤਾਂ ਜਿਹੜੇ ਪੂਰਾ ਥੀਆ ਜਿਹੜੇ ਮਤਲਬ ਇਹਨਾਂ ਦਾ ਚੱਕਰ ਪੂਰਾ ਥੀਆ ਤਾਂ ਪਿੱਛੇ ਇਹ ਬੇੜੀ ਗੁਜ਼ਰੇ ਨਾ ਛਿੱਲੇ ਸਨ। ਤਾਂ ਹੁਣ ਇਹ ਬੇੜੀ ਵੀ ਇੰਤਜ਼ਾਰ ਖੜੀ ਹੈ ਤਈ ਸਵਾਰੀਆਂ ਆਮ ਵਜੇ, ਲੇਕਿਨ ਸਵਾਰੀਆਂ ਹਾਲੇ ਥੋੜ੍ਹੀਆਂ ਹਨ, ਕੋਈ 5-7 ਬੰਦੇ ਆਏ ਖੜੇ, ਕੋਈ 7-8 ਮੋਟਰਸਾਈਕਲ ਵੀ ਹਨ। ਤਾਂ ਜਿਹੜੇ ਸਵਾਰੀਆਂ ਪੂਰੀਆਂ ਤੀਆਂ ਮੋਟਰਸਾਈਕਲ ਪੂਰੇ ਥੇ 25 ਮੋਟਰਸਾਈਕਲ ਔਰ ਮੁਕੰਮਲ ਸਵਾਰੀਆਂ ਤੀ ਗਈਆਂ, ਅਤੇ ਇਹ ਉਹਲੇ ਹੈਂਡਲ ਮਾਰ ਕੇ ਲੱਗੇ ਹੋਏ ਸਨ, ਸਭ ਕੁਝ ਮੈਂ ਸਮੇਂ ਘੰਟੇ ਦੇ ਵਿੱਚ ਲਈਏ ਪਹੁੰਚਾ ਰਹੇ ਸਨ। ਅਤੇ ਇਹਦੋ ਦੇਖ ਵੀ ਕਿਸ਼ਤੀਆਂ ਆਈਆਂ ਪੈਂਡੂ, ਮੈਂ ਤੁਹਾਨੂੰ ਜ਼ੂਮ ਕਰਕੇ ਦਿਖਿਆ ਤਾਂ ਹਾਂ ਕਿ ਸ਼ਾਇਦ ਤੁਹਾਨੂੰ ਨਜ਼ਰ ਆ ਵਜੇ, ਲੇਕਿਨ ਲੱਗਦਾ ਮੁਸ਼ਕਿਲ ਹੈ ਤੁਹਾਨੂੰ ਨਜ਼ਰ ਆਵੇ ਇਹਦੇ 'ਤੇ ਪਵੇ। ਇਹ ਦੇਖ ਇਹ ਕਿਸ਼ਤੀਆਂ ਦੀ ਪਈ ਹੈ ਬਈ, ਦੇਖ ਇਹ ਆਉਂਦੀ ਪਈ ਹੈ, ਦੋ ਕਿਸ਼ਤੀਆਂ ਆਈਆਂ ਪੈਣ ਮਰਕਾ, ਇਹ ਸਵਾਰੀਆਂ ਚਾਤੀਆਂ ਜਾਂ ਇਹ ਮਤਲਬ ਕਿ ਇਹ ਜਿਹੜੀ ਕਿਸ਼ਤੀਆਂ ਦੋ ਆਈਆਂ ਪੈਣ ਇਹ ਮੈਂ ਸਮੇਂ ਲਈਏ ਕਿ ਆਈਆਂ ਪੈ ਲਈਏ ਕਿ ਸਵਾਰੀਆਂ ਚਾਤੀਆਂ ਜਾਂ, ਅਤੇ ਇਹ 50 ਦੀ ਸਾਈਡ 'ਤੇ ਸੱਟੇ ਜਾਂ ਪੈਣ ਵਾਲਾ, ਇੱਥੋਂ ਸਵਾਰੀਆਂ ਚਾਹ ਸਨ ਵਾਲਾ ਲਈਏ ਸੱਟੇ ਸਨ। ਤਾਂ ਅਲਹਮਦੁਲਿਲਾ ਮੈਂ ਪੱਤਣ 'ਤੇ ਪਹੁੰਚ ਚੁੱਕਾ ਖੈਰ ਖਰੀਅਤ ਨਾਲ ਤੁਹਾਡੀ ਦੁਆ ਨਾਲ, ਲੇਕਿਨ ਯਾਰ ਰਸਤੇ ਜੇ ਰਹਿਣ ਨਾ ਉਹ ਵੀ ਔਖੇ ਹਨ, ਕਿਉਂਕਿ ਰਸਤੇ ਸਾਰੇ ਖਰਾਬ ਥਾਏ ਪੈਣ, ਹੁਣ ਤੱਕ ਦਾ ਪਾਣੀ ਹੀ ਸਾਰੀ ਹੁਣ ਰਸਤੇ ਦੇ ਰੇਤ ਹੀ ਰੇਤ ਹੈ, ਅਤੇ ਬੰਦਾ ਜ਼ਲੀਲ ਥੀ ਪਾਉਂਦੇ ਮੋਟਰਸਾਈਕਲ ਦੇ ਉੱਤੇ। ਤਾਂ ਮੈਂ ਕਾਫੀ ਦਿਨਾਂ ਦੇ ਬਾਅਦ ਪੱਤਣ 'ਤੇ ਆਉਂਦਾ ਪਈ, ਮੈਂ ਕਾਹ ਨਹੀਂ ਪਤਾ ਕਿ ਰਸਤੇ ਦੀ ਇਸ ਤਰ੍ਹਾਂ ਹਾਲ ਥੀ ਪਈ ਹੈ ਕਿ ਸਾਰੀ ਜੇ ਰਹਿਣਾ ਰੇਤ ਹੀ ਰੇਤ ਹੈ, ਤਾਂ ਉਹ ਵੀ ਜ਼ਲੀਲ ਥੀ ਔਖਾ ਥੀਆਂ। ਤਾਂ ਖੈਰ ਅਲਹਮਦੁਲਿਲਾ ਖੈਰ ਖਰੀਅਤ ਨਾਲ ਮੈਂ ਪਹੁੰਚ ਆਇਆ, ਤੁਹਾਨੂੰ ਦਿਖਾਇਆ ਇਵੇਂ ਕਿ ਦੋ ਵਹੀਰੇ ਅਸਾਂ ਕ੍ਰਾਸ ਕਰਨੇ ਤਰ੍ਹਾਂ ਹਨ, ਲੇਕਿਨ ਇੱਕ ਵਹੀਰਾ ਸੁੱਕਾ ਪਿਆ, ਦੋ ਜੇ ਰਹਿਣਾ ਥੋੜ੍ਹੇ ਥੋੜ੍ਹੇ ਵਾਂਦੇ ਪੈਣ, ਉਹਨਾਂ 'ਚ ਮੋਟਰਸਾਈਕਲ ਚਗਾਏ ਸੇ ਗੁਜ਼ਾਰੇ ਸੇ, ਉਹ ਹੀ ਤੁਹਾਨੂੰ ਮੈਂ ਸੀਨ ਦਿਖਾਏ।